नमस्कार दोस्तों, मैं किरण वशिष्ठ तुहाड़ा स्वागत करता खबर बात दोपहर दे विच। ते खबर आए लुधियाणा तो, जिथे पिछले दिन ही कैप्टन अमरिंदर सिंह पहुंचे सन ते उन्होंने कहा सीगा कि आने वाली 24 तरीक नूं नगर निगम चुनाव होणगे ते उस दे उपर प्रतिक्रिया देंदे होए सिमरजीत सिंह बैंस जो कि लोक इंसाफ पार्टी दे लीडर ने कहा कि मुख्यमंत्री साहब नूं जो कुछ भी बोलना चाहिए सोच समझ के बोलना चाहिए। खून दे विच राजाशाही उन्हां नूं ओह कई वारी वाला मार जांदी है ਵੀ ਅਸੀਂ ਰਾਜੇ ਹੈਗੇ ਹਾਂ ਅਤੇ ਅਸੀਂ ਜੋ ਕਹਿਤਾ ਅਤੇ ਉਹੀ ਹੋਣਾ। ਉਹਨਾਂ ਨੂੰ ਇਹ ਬਿਲਕੁਲ ਐਸੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿਹੜੀ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਠੇਸ ਪਹੁੰਚਾਉਂਦੀ ਹੋਵੇ। ਸੋ ਕੈਪਟਨ ਸਾਹਿਬ ਤਾਂ ਇਹ ਕਹਿ ਗਏ ਵੀ 24 ਤਰੀਕ ਦੀ ਇਲੈਕਸ਼ਨ ਅਤੇ 26 ਤਰੀਕ ਨੂੰ ਰਿਜ਼ਲਟ। ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਇਹ ਕੰਮ ਇਲੈਕਸ਼ਨ ਕਮਿਸ਼ਨ ਦਾ ਮੁੱਖ ਮੰਤਰੀ ਦਾ ਨਹੀਂ ਗਾ। ਸੋ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਰਹਿ ਕੇ ਕੈਪਟਨ ਸਾਹਿਬ ਸਟੇਟਮੈਂਟ ਦਿਆ ਕਰੋ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਹਾ ਸੀ ਕਿ ਲੁਧਿਆਣਾ ਨਗਰ ਨਿਗਮ ਚੋਣਾਂ 24 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਲੁਧਿਆਣਾ ਤੋਂ ਨਰਿੰਦਰ ਕੁਮਾਰ ਮਹਿੰਦਰੂ, ਜਗਬਾਣੀ ਟੀਵੀ। ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੋਏ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ 24 ਤਰੀਕ ਨੂੰ ਇਲੈਕਸ਼ਨ ਹੋਣਗੇ ਨਗਰ ਨਿਗਮ ਦੇ ਅਤੇ 26 ਤਰੀਕ ਨੂੰ ਰਿਜ਼ਲਟ ਆ ਜਾਏਗਾ ਅਤੇ ਉਸ ਦੇ ਉੱਪਰ ਪ੍ਰਤੀਕਿਰਿਆ ਲੈਂਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਕੰਮ ਤਾਂ ਕੈਪਟਨ ਸਾਹਿਬ ਇਲੈਕਸ਼ਨ ਕਮਿਸ਼ਨ ਦਾ ਹੈ। ਤੁਸੀਂ ਜਲਦਬਾਜ਼ੀ ਦੇ ਵਿੱਚ ਜੋ ਕੁਛ ਕਹਿ ਗਏ ਹੋ, ਤੁਸੀਂ ਰਾਜੇ ਹੋ, ਇਹੀ ਸਮਝਦੇ ਹੋ ਕਿ ਜਿਵੇਂ ਜੋ ਕੁਛ ਵੀ ਤੁਸੀਂ ਮਰਜ਼ੀ ਕਹਿ ਸਕਦੇ ਹੋ, ਲੇਕਿਨ ਇਹ ਕੰਮ ਇਲੈਕਸ਼ਨ ਕਮਿਸ਼ਨ ਦਾ। ਸਾਫ਼ ਤੌਰ 'ਤੇ ਸਿਮਰਜੀਤ ਸਿੰਘ ਬੈਂਸ ਨੇ ਇਸ ਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹਨਾਂ ਦਾ ਖੂਨ ਉਬਾਲਾ ਮਾਰ ਜਾਂਦਾ ਹੈ। ਸੋ ਦਰਸ਼ਕੋ, ਅਗਰ ਤੁਹਾਡੇ ਕੋਲ ਵੀ ਕੋਈ ਅਜਿਹੀ ਖਬਰ ਹੈ ਜੋ ਤੁਸੀਂ ਸਾਡੇ ਚੈਨਲ 'ਤੇ ਵਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 6288-3730 ਦੇ ਉੱਪਰ, ਅਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਖਬਰ ਬਾਤ ਦੁਪਹਿਰ @gmail.com 'ਤੇ। ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ 'ਤੇ ਵੇਖਦੇ ਰਹਿਣਾ ਏਵਨ ਨਿਊਜ਼, ਹਰ ਸੱਚ ਤੁਹਾਡੇ ਤੱਕ। ਅਤੇ ਜਾਣੇ ਜਾਂਦੇ ਗੁਜ਼ਾਰਿਸ਼ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਏਵਨ ਪੰਜਾਬੀ ਦਾ ਸਾਰੇ ਦਰਸ਼ਕਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੋਹਫਾ। ਏਵਨ ਪੰਜਾਬੀ ਉੱਤੇ ਕੋਈ ਵੀ ਧਾਰਮਿਕ ਸਮਾਗਮ ਜਾਂ ਪੇਂਡੂ ਖੇਡਾਂ ਲਾਈਵ ਕਰਵਾ ਸਕਦੇ ਹੋ ਸਿਰਫ 15,000 ਰੁਪਏ ਵਿੱਚ। ਜੀ ਹਾਂ, ਸਿਰਫ 15,000 ਰੁਪਏ ਵਿੱਚ ਤੁਹਾਨੂੰ ਮਲਟੀ ਸੈਟਅਪ ਦੇ ਨਾਲ, ਮਿਕਸਰ ਦੇ ਨਾਲ ਮਿਲੇਗਾ ਵਰਲਡ ਵਾਈਡ ਲਾਈਵ ਔਨ ਏਵਨ ਪੰਜਾਬੀ ਟੀਵੀ। ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ।